ਮੇਰੇ ਸਾਰੇ ਦੋਸਤਾਂ ਬਜ਼ੁਰਗਾਂ ਸਾਹਿਬਾਨਾਂ ਨੂੰ ਮੇਰੀ ਤਰਫੋਂ ਸਲਾਮ। ਮੈਂ ਜਨਾਬ ਦੀ ਖਿਦਮਤ ਵਿੱਚ ਕਿੱਸਾ ਹਰਨੀ ਦਾ ਪੇਸ਼ ਕਰ ਰਿਹਾ। ਸ਼ਮਸ਼ ਰਾਣੀ ਆਪਣੇ ਬਾਪ ਨੂੰ ਕਿਹਾ, ਬਾਪ ਮੈਨੂੰ ਕੋਈ ਹਰਨੀ ਦਾ ਬੱਚਾ ਚਾਹੀਦਾ। ਹੁਣ ਬੇਟਾ ਤੂੰ ਕੀ ਕਰਨਾ, ਜੰਗਲ ਦਾ ਜਾਣ ਵਾਲੇ ਤੂੰ ਕੀ ਕਰਨਾ? ਆਖਿਆ, ਨਹੀਂ ਬਾਪ ਮੈਨੂੰ ਉਹਦਾ ਬੜਾ ਸ਼ੌਕ ਹੈ ਅਤੇ ਮੈਂ ਉਹਨੂੰ ਰੱਖਣਾ ਚਾਹੁੰਦੀ ਹਾਂ। ਬਾਦਸ਼ਾਹ ਸ਼ਿਕਾਰੀਆਂ ਨੂੰ ਹੁਕਮ ਦੇ ਦਿੰਦਾ ਹੈ ਅਤੇ ਕਿਸ ਤਰ੍ਹਾਂ ਦਿੰਦਾ ਹੈ? ਸਾਧਕ ਪੱਟੀ ਬਾਗ ਮੋੜ ਵਾਲਾ ਗਾ ਕੇ ਸੁਣਾ ਰਿਹਾ ਹੈ ਅਤੇ ਰਿਕਾਰਡ ਕਰ ਰਹੇ ਨੇ ਲਾਲਾ ਜੀ ਗੁਲਸ਼ਨ ਸਟੂਡੀਓ ਸ਼ੇਖਪੁਰੇ ਵਾਲੇ। ਬਾਬੇ ਜੀ ਦੀ ਇਹ ਗੱਲ ਸੁਣ ਕੇ ਤੇ ਸੱਦੇ ਕੁੱਲ ਸ਼ਿਕਾਰੀ, ਹਾਜ਼ਰ ਆਣ ਹੋਏ ਵਿੱਚ ਕਿਸਮਤ ਬਈ ਸੱਬੇ ਵਾਰੋ ਵਾਰੀ। ਹੁਕਮ ਸੁਣਦਿਆਂ ਸਭ ਸ਼ਿਕਾਰੀ ਤੇ ਲੈ ਪਾਈਆਂ ਉੱਠ ਭੱਜੇ, ਜੰਗਲ ਪਰ ਪਰ ਬੂਟੇ ਝਾੜੀਆਂ ਬਈ ਸਾਰੇ ਢੂੰਡਣ ਲੱਗੇ। ਝਾੜੀ ਦੇ ਵਿੱਚ ਛੁੱਪ ਕੇ ਬੈਠੀ ਏ ਬੱਚਾ ਲੈ ਕੇ ਹਰਨੀ, ਸੀਨੇ ਨਾਲ ਲਗਾਇਆ ਪੁੱਤਰ ਬਈ ਉਸ ਜੀਏ ਜਰਨੀ। ਇੱਕ ਸ਼ਿਕਾਰੀ ਬੁੱਢਾ ਜਿਹਾ ਇਰਸਬ ਤੇਰੀ ਵਾਲਾ, ਪਾਉਂਦਿਆਂ ਪਾਉਂਦਿਆਂ ਇੱਕ ਜਾਲਾ ਜੀ ਵੇਖ ਲਿਆ ਉਸ ਆਲਾ ਜੀ, ਝਾੜੀ ਦੇ ਵਿੱਚ ਛੁੱਪ ਕੇ ਬੈਠੀ ਏ ਬੱਚਾ ਲੈ ਕੇ ਹਰਨੀ, ਸੀਨੇ ਨਾਲ ਲਗਾਇਆ ਪੁੱਤਰ ਬਈ ਉਸ ਜੀਏ ਜਰਨੀ। ਬਾਹਰ ਸਾਡੀ ਆਏ ਮੁੜ ਮੁੜ ਵਹਿੰਦੀ, ਮਤ ਕੋਈ ਬੰਦਾ ਵੀ ਇੱਧਰ ਨੂੰ ਆ ਜਾਏ। ਆਹਰਨੀ ਨੂੰ ਸ਼ੱਕ ਪੈ ਗਿਆ ਕਿ ਆਹ ਜਿਹੜੇ ਬੰਦੇ ਤੁਰੇ ਫਿਰਦੇ ਨੇ ਮੇਰੇ ਨਿੱਕੇ ਨਿੱਕੇ ਬੱਚੇ ਨੇ, ਕਿਤੇ ਮੇਰੇ ਹੱਲੇ ਨਾ ਆ ਜਾਣ। ਇਹਨਾਂ ਜੇਨ ਦੇ ਵਿੱਚ ਸੋਚਦੀ ਪਈ ਏ ਕਿ ਇੱਕ ਸ਼ਿਕਾਰੀਆਂ ਦਾ ਇੱਕ ਬੁੱਢਾ ਜਾਂ ਬਜ਼ੁਰਗ ਸੀ, ਉਹਦੀ ਨਿਗਾਹ ਪੈ ਗਈ ਸਾਧਕ ਪੱਟੀ ਬਾਗ ਮੋੜ ਵਾਲਾ ਦੱਸਦਾ ਉਹ ਕੀ ਕਰਦਾ। ਹਾਂ ਜੀ, ਇੱਕ ਨਗਰਮੇ ਬੁੱਢੇ ਬਾਬੇ ਨੇ ਤੱਕ ਉਹਨਾਂ ਨੂੰ ਲਿਆ, ਨਜ਼ਰਾਂ ਰਲੀਆਂ ਫਿਰ ਹਰਨੀ ਨੂੰ ਫਿਕਰ ਦਿਲੇ ਵਿੱਚ ਪਿਆ, ਉਹ ਸੀਨੇ ਨਾਲ ਲਗਾਇਆ ਪੁੱਤਰ ਵੀ ਹਰਨੀ ਚੁੰਗੀ ਮਾਰੀ, ਨਸਣ ਲੱਗੀ ਪੁੱਤਰ ਟਹਿ ਪਿਆ ਲੈਂਦਾ ਪਗੜ ਸ਼ਿਕਾਰੀ। ਆ ਮਾਵਾਂ ਪੁੱਤਰ ਬੜੇ ਪਿਆਰੇ ਹੁੰਦੇ ਨੇ, ਸ਼ਿਕਾਰੀਆਂ ਜਦੋਂ ਬੱਚਾ ਫੜ ਲਿਆ ਤੇ ਹਰਨੀ ਸ਼ਿਕਾਰੀ ਨਾਲ ਇੱਕ ਜਵਾਬ ਕਰਦੀ, ਕਿਹੜਾ ਕੀਤਾ? ਓ ਬੋਲੀ ਬਾਬਾ ਨਾਮ ਰਬਾਣੇ, ਛੱਡ ਦੇ ਬੱਚਾ ਮੇਰਾ, ਅੱਲਾ ਮਾਲਕ ਤੋਈ ਜਵਾਨੀ ਭਲਾ ਕਰੇਗਾ ਤੇਰਾ, ਜੇ ਤੂੰ ਆਲ ਲਾਦਾ ਵਾਲਾ ਰਹਿਮ ਜ਼ਰਾ ਤੂੰ ਖਾਈ, ਉਮਰ ਮੇਰੀ ਦੀ ਖੱਟੀ ਮੋਟੀ ਸਾਰੀ ਰੋੜ ਨਾ ਜਾਈ। ਇਸ ਦਾ ਕੋਈ ਗੋਸ਼ਤ
ਆ ਸ਼ਿਕਾਰੀ ਨੇ ਆਖਿਆ ਹਰਨੀਏ ਇਹ ਤੇਰਾ ਬੱਚਾ ਕੁਸਾਂ ਸ਼ੌਕ ਨਾਲ ਨਹੀਂ ਫੜਿਆ, ਸਾਨੂੰ ਸੰਮੀ ਰਾਣੀ ਨੇ ਆਰਡਰ ਕੀਤਾ ਕਿ ਸਾਨੂੰ ਇੱਕ ਹਰਨੀ ਦਾ ਬੱਚਾ ਚਾਹੀਦਾ, ਅਸੀਂ ਲੈ ਕੇ ਜਾਵਾਂਗੇ ਤੇ ਸਾਨੂੰ ਬੜਾ ਨਾਮ ਮਿਲੇਗਾ। ਹਰਨੀਆਂ ਦੀ ਸ਼ਿਕਾਰੀਆ, ਮੈਂ ਤੇਰੇ ਨਾਲ ਗੱਲ ਕਰਨੀ ਆ, ਮੇਰੀ ਗੌਰ ਨਾਲ ਸੁਣ ਲਈ। ਆ ਸ਼ਿਕਾਰੀ ਨਹੀਂ ਸੁਣਦਾ ਹਰਨੀ ਕੀ ਆਉਂਦੀ ਏ। ਹਰਨੀ ਆਖੇ ਵੇਖ ਸ਼ਿਕਾਰੀਆ, ਜੇ ਤੂੰ ਮਤਲਬ ਮੇਰਾ ਛੱਡ ਦੇ ਇਹਨੂੰ, ਦੱਸਾਂ ਤੈਨੂੰ ਬੜਾ ਖਜ਼ਾਨਾ ਭਾਰਾ, ਤੇਰੇ ਕੋਲੋਂ ਮੁੱਕੇ ਨਾਹੀਂ ਸੱਤਾਂ ਪੀੜੀਆਂ ਤਾਈਂ, ਨਾਲੇ ਰੋਜ਼ ਕਿਆਮਤ ਬਾਬਾ ਅਜਰ ਹਜ਼ੂਰੋਂ ਪਾਈ। ਸ਼ਿਕਾਰੀ ਆਖੇ ਵੇਖ ਸ਼ਿਕਾਰੀਆ, ਝੂਠੀ ਕਹਿ ਕੇ ਮੇਰੀ ਨਸਲ ਨੂੰ ਦਾਗ ਲਾ ਦਿੱਤਾ ਈ, ਮੈਂ ਤਾਂ ਸਰਨੀ ਦੀ ਬੇਟੀ ਹੂੰ ਜਿਹਨੇ ਨਬੀ ਪਾਕ ਨਾਲ ਵਾਅਦਾ ਕੀਤਾ ਸੀ। ਇੱਕ ਹਰਨੀ ਦੇ ਦੋ ਪੁੱਤਰਾਂ ਦੀ ਕੂਕ ਸੁਣੀ ਗਈ ਜਾ ਕੇ, ਜਿਬਰਾਇਲ ਨਬੀ ਦੇ ਅੱਗੇ ਬਹਾਦਰ ਹੋਇਆ ਏ ਜਾ ਕੇ, ਹਰਨੀ ਨੂੰ ਛੱਡ ਦਿੱਤਾ। ਹਰਨੀ ਨੇ ਇੱਕ ਵਰਲਾਪ ਕੀਤਾ, ਉਹਨਾਂ ਨੂੰ ਛੱਡ ਦਿੱਤਾ। ਇੰਨੇ ਚਿਰ ਵਿੱਚ ਇੱਕ ਯਹੂਦੀ ਆ ਗਿਆ, ਆਖਣ ਲੱਗਾ ਯਾ ਮੁਹੰਮਦ, ਕਦੀ ਜੰਗਲੀ ਚੀਜ਼ਾਂ ਵੀ ਛੁੱਟੀਆਂ ਆਈਆਂ ਨੇ? ਆਪ ਨੇ ਫਰਮਾਇਆ ਇੱਥੇ ਬਹਿ ਜਾ, ਹਰਨੀ ਉਹਨੇ ਵਾਪਸ ਆ ਜਾਂਦੀ ਏ। ਆ ਤਾਂ ਯਹੂਦੀ ਕੀ ਆਉਂਦਾ? ਹਾਂਜੀ, ਯਹੂਦੀ ਆਖੇ ਮੈਂ ਵਾਵਾ ਸਮਝਾਂ ਬਈ ਅਕਲਾਂ ਤੇ ਤਨਾਈਆਂ, ਜੰਗਲੀ ਚੀਜ਼ਾਂ ਛੁੱਟੀਆਂ ਹੋਈਆਂ ਫੇਰ ਕਦੇ ਨਹੀਂ ਆਈਆਂ, ਜੇਕਰ ਵੈਦਾ ਨਾਲ ਵਫਾਈ ਕਰੇ ਤੁਹਾਡੇ ਹਰਨੀ, ਮੈਂ ਵੀ ਦੀਨ ਤੇਰੇ ਵਿੱਚ ਹੋ ਜਾਵੇ ਗੱਲ ਚ ਗੇਰੀ ਕਰਨੀ। ਆ ਯਹੂਦੀ ਨੇ ਕਿਹਾ ਯਾ ਮੁਹੰਮਦ, ਜੇ ਹਰਨੀ ਵਾਪਸ ਆ ਗਈ ਤੇ ਮੈਂ ਉਸ ਵਕਤ ਤੁਹਾਡਾ ਕਲਮਾ ਪੜ ਲਾਂਗਾ। ਆ ਇੰਨੇ ਚਿਰ ਵਿੱਚ ਹਰਨੀ ਆਪਣੇ ਬੱਚਿਆਂ ਕੋਲ ਟੁਰ ਗਈ, ਬੱਚਿਆਂ ਜਾ ਕੇ ਆਵਾਜ਼ ਮਾਰਦੀ, ਆਖਣਗੀ ਬੱਚਿਓ ਦੁੱਧ ਛੇਤੀ ਛੇਤੀ ਪੀ ਲਓ। ਉਹਨਾਂ ਆਖਿਆ ਮਾਂ ਜੀ ਕੀ ਗੱਲ ਏ? ਆਖਿਆ ਮੈਂ ਪਾਕ ਨਬੀ ਨੂੰ ਜ਼ਾਮਨ ਦੇ ਕੇ ਆਈ ਹਾਂ, ਅਰੇ ਬੱਚੇ ਕੀ ਆਉਂਦੇ ਨੇ? ਹਾਂਜੀ, ਪਾਕ ਨਬੀ ਨੂੰ ਜ਼ਾਮਨ ਦਿੱਤਾ ਮੈਂ ਦੁੱਧ ਪਿਆਵਨ ਆਈ, ਇਹ ਗੱਲ ਸੁਣ ਕੇ ਦੋਵਾਂ ਬੱਚਿਆਂ ਕਸਮ ਖੁਦਾ ਦੀ ਪਾਈ, ਆਖਣੀ ਅੰਮਾ ਜਿੰਨੀ
ਨਬੀ ਨੂੰ ਨਾ ਛਡਵਾਈਏ ਸਭ ਰਾਮ ਸਾਡੇ ਉੱਤੇ ਜੋ ਪੀਏ ਜੋ ਖਾਈਏ। ਉਹਨਾਂ ਕਿਹਾ ਮਾਂ ਜੀ ਜਿੰਨਾ ਤੀਕਰ ਅਸੀਂ ਨਬੀ ਪਾਕ ਨੂੰ ਨਾ ਛੁਡਵਾਈਏ ਸਾਡਾ ਖਾਣਾ ਪੀਣਾ ਸਭ ਰਾਮ ਏ। ਆਰਨੀ ਬੱਚਿਆਂ ਲੈ ਕੇ ਆ ਰਹੀ ਏ। ਨਬੀ ਪਾਕ ਨੇ ਵੇਖਿਆ, ਉਹਨੇ ਯਹੂਦੀ ਨੂੰ ਕਿਹਾ, ਜਵਾਨਾ ਉਹ ਵੇਲਾ ਹਰਨੀ ਆ ਰਹੀ, ਤੂੰ ਕਲਮਾ ਪੜ੍ਹ ਲੈ। ਆ ਯਹੂਦੀ ਕਲਮਾ ਪੜ੍ਹ ਲੈਂਦਾ, ਹਰਨੀ ਆ ਕੇ ਕੀ ਆਉਂਦੀ? ਹਾਂਜੀ, ਹਰਨੀ ਹਾਜ਼ਰ ਆਣ ਖਲੋਤੀ ਵੀ ਦੋਵੇਂ ਬੱਚੇ ਲੈ ਕੇ, ਰਾਜ਼ੀ ਰਹਿਣਾ ਸਾਡੇ ਉੱਤੇ ਮੈਂ ਅੱਖਾਂ ਪੈਰੀ ਪੈ ਕੇ, ਰਾਜ਼ੀ ਰਹਿਣਾ ਸਾਡੇ ਉੱਤੇ ਮੈਂ ਅੱਖਾਂ ਪੈਰੀ ਪੈ ਕੇ, ਰਾਜ਼ੀ ਰਹਿਣਾ ਸਾਡੇ ਉੱਤੇ ਮੈਂ ਅੱਖਾਂ ਪੈਰੀ ਪੈ ਕੇ। अगर अभी तक आपने हमारा चैनल सब्सक्राइब नहीं किया तो प्लीज सब्सक्राइब करें और बेल आइकन दबाएं ताकि आने वाले नए वीडियोस आप तक पहुंच सके।